ਉੰਜਤਾ ਪੂਰੇ ਭਾਰਤ ਵਿੱਚ ਜ਼ਰੂਰੀ ਵਰਤੋਂ ਦੀਆਂ ਵਸਤਾਂ ਦੇ ਭਾਅ ਆਏ ਦਿਨ ਤੇਜ਼ੀ ਨਾਲ ਵਧ ਰਹੇ ਨੇ ਪਰ ਜੋ ਇਹਨੇ ਦਿਨੀ ਪੰਜਾਬ ਅੰਦਰ ਵਾਪਰ ਹੈ ਉਸ ਨੇ ਸੂਬੇ ਦੇ ਪਸ਼ੂ ਪਾਲਕਾਂ ਸਾਹਮਣੇ ਵੱਡੀ ਸਮੱਸਿਆ ਖੜੀ ਕਰ ਦਿੱਤੀ ਹੈ ਇਹਨੇ ਦਿਨੀ ਹਾੜੀ ਦਾ ਸੀਜ਼ਨ ਚੱਲ ਰਿਹਾ ਹੈ ਜਿਸ ਦੌਰਾਨ ਬੇਜ਼ਮੀਨੇ ਪਸ਼ੂ ਪਾਲਕ ਆਪਣੇ ਪਸ਼ੂਆਂ ਲਈ ਸੁੱਕੇ ਚਾਰੇ ਵੱਜੋਂ ਸਾਲ ਭਰ ਲਈ ਤੂੜੀ ਖਰੀਦਣ ਲਈ ਤਰਲੋ ਮੱਚੇ ਹੋ ਰਹੇ ਨੇ ਕਿਉਂਕਿ 250 ਰੁਪਏ ਕਿਵੰਟਲ ਮਿਲਣ ਵਾਲੀ ਤੂੜੀ ਇਸ ਵਾਰ 800 ਰੁਪਏ ਪ੍ਰਤੀ ਕਿਵੰਟਲ ਤੋਂ ਪਾਰ ਹੋ ਚੁੱਕੀ ਹੈ ਜਿਸ ਕਾਰਨ ਬੇਜ਼ਮੀਨੇ ਪਸ਼ੂ ਪਾਲਕਾਂ ਨੂੰ ਹੁਣ ਆਪਣਾ ਕਾਰੋਬਾਰ ਬੰਦ ਹੁੰਦਾ ਦਿਖਾਈ ਦੇ ਰਿਹਾ ਜਿਸ ਕਾਰਨ ਉਹਨਾਂ ਇਸ ਸਮੱਸਿਆ ਬਾਰੇ ਅੱਜ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੂੰ ਮਿਲੇ ਤੇ ਢੂੜੀ ਦੇ ਅਸਮਾਨੀ ਚੜ ਰਹੇ ਰੇਟਾਂ ਨੂੰ ਨੱਥ ਪਾਉਣ ਤੇ ਫੈਕਟਰੀਆਂ ਵਿੱਚ ਢੂੜੀ ਵਿਕਣ ਲਈ ਜਾਣ ਤੇ ਰੋਕ ਲਗਾਉਣ ਦੀ ਮੰਗ ਕੀਤੀ ਨਾਲ ਹੀ ਇਹ ਵੀ ਕਿਹਾ ਕਿ ਆਪਣੀ ਇਸ ਪਰੇਸ਼ਾਨੀ ਸੰਬੰਧੀ ਇੱਕ ਮੰਗ ਪੱਤਰ ਵੀ ਮੁੱਖ ਮੰਤਰੀ ਦੇ ਨਾਂ ਵਿਧਾਇਕ ਸੇਖੋਂ ਨੂੰ ਸੌਂਪਿਆ ਗਿਆ ਹੈ ਇਸ ਸੰਬੰਧੀ ਹਲਕਾ ਵਿਧਾਇਕ ਸੇਖੋਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਟੂੜੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਗੁਜ਼ਾਰਿਸ਼ ਕਰਨਗੇ ਸਾਡੀਆਂ ਮੇਨ ਮੰਗਾਂ ਇਹੀ ਸੀ ਵੀ ਜਿਹੜੀ ਟੂੜੀ ਆ ਅੱਜ ਸੀਜ਼ਨ ਦੇ ਦੌਰਾਨ 700 ਨੂੰ 800 ਨੂੰ ਹੋ ਗਈ ਆ ਤੇ ਟੂੜੀ ਸਾਰੀ ਟਰਾਲਿਆਂ ਵਾਲੇ ਵੱਡੇ ਭੁੰਗਾ ਵਾਲੇ ਬਾਹਰ ਲਈ ਜਾ ਰਹੇ ਆ ਫੈਕਟਰੀਆਂ ਤੱਕ ਰਗੀ ਤੂੰ ਬਾਹਰ ਲੀਆਂ ਫੈਕਟਰੀਆਂ ਹੁਣ ਸਾਨੂੰ ਪਤਾ ਲੱਗਾ ਕਿ ਬਾਹਰਲੇ ਦੇਸ਼ਾਂ ਤੱਕ ਵੀ ਜਾਣ ਲੱਪੀ ਹੈ ਸਮੁੰਦਰ ਤੇ ਵੀ ਲੈ ਲੱਪੀ ਆ ਇਸ ਕਰਕੇ ਜਿਹੜੇ ਅਸੀਂ ਸ਼ਹਿਰ ਦੇ ਵਿੱਚ ਆਮ ਵਰਗਾਂ ਦੇ ਗੁਜ਼ਾਰਾ ਦੁੱਧ ਤੇ ਹੀ ਕਰਦੇ ਆ ਨਾ ਮਤਲਬ ਕਿ ਹੋਰ ਕੋਈ ਸਰ ਖੜੂ ਕੰਮ ਹੈ ਨਹੀਂ ਇਹ ਸਾਡਾ ਕੰਮ ਠੱਪ ਹੋ ਜਾਣਾ ਜਮਾ ਇਸੇ ਸਾਲ ਵਿੱਚ ਜੇ ਸਾਡੀਆਂ ਮਤਲਬ ਕਿ ਤੂੜੀ ਸਸਤੀ ਨਾ ਹੋਈ ਤੇ ਦੁੱਧ ਪਰ 2 ਰੁਪਏ ਵੀ ਵਾਜੇ ਤਾਂ ਵੀ ਕੋਈ ਸਾਨੂੰ ਐਡੀ ਬਚਤ ਨਹੀਂ ਹੋਣੀ ਇਸ ਕਰਕੇ ਸਾਡਾ ਇਹੀ ਅੱਜ ਮੈਂਲੇ ਸਭ ਨੂੰ ਅਸੀਂ ਮਿਲੇ ਆਂ ਵੀ ਸਾਡੀ ਤੂੜੀ ਜਿਹੜੀ ਬਾਹਰ ਜਾਣੀ ਰੋਕੀ ਜਾਵੇ ਤੂੜੀ ਦਾ ਵੀ ਜਿਹੜੀ ਆ ਉਹ ਪਹਿਲਾਂ ਵੀ ਜਦੋਂ ਪ੍ਰਾਣੀ ਤੂੜੀ ਹੋਣ ਕਾਰਨ ਜਿਹੜਾ 1000 ਤੋਂ 1100 ਰੁਪਿਆ ਕੁਆਂਟਲ ਦਾ ਰੇਟ ਵਧਿਆ ਔਰ ਇੰਨਾ ਮਹਿੰਗੀ ਤੂੜੀ ਖਰੀਦ ਕੇ ਜਿਹੜੇ ਬੰਦੇ ਮੱਝਾਂ ਗਾਵਾਂ ਰੱਖ ਕੇ ਆਪਦਾ ਰੋਜਗਾਰ ਚਲਾਉਂਦੇ ਆ ਉਹਨਾਂ ਲਈ ਦੁੱਧ ਤੇ ਖਰਚੇ ਕੱਟਨੇ ਜਿਹੜੇ ਆ ਜਿੰਨੇ ਦਾ ਉਹਨੂੰ ਦੁੱਧ ਪੈਂਦਾ ਉਹਨਾਂ ਉਦੋਂ ਵੱਧ ਉਹਨਾਂ ਦਾ ਜਿਹੜਾ ਹੈਗਾ ਉਹ ਖਰਚਾ ਔਰ ਸਾਨੂੰ ਇਹ ਪਤਾ ਲੱਗਿਆ ਵੀ ਪਹਿਲਾਂ ਤੇ ਅਸੀਂ ਵੀ ਜੇ ਰਾਜਸਥਾਨ ਜਾਂ ਗੁਜਰਾਤ ਜਾਂ ਹੋਰ ਸਟੇਟਾਂ ਦੇ ਵਿੱਚ ਤੂੜੀ ਜਾਂਦੀ ਸੀ ਦਿੱਲੀ ਵਰਗੇ ਜਿੱਥੇ ਵੱਡੀਆਂ ਢੇਰੀਆਂ ਸੀ ਪਰ ਹੁਣ ਪਤਾ ਲੱਗਿਆ ਵੀ ਇਹ ਜਿਹੜੀ ਤੂੜੀ ਆ ਵਿਦੇਸ਼ਾਂ 'ਚ ਵੀ ਜਾ ਰਹੀ ਹੈ ਸਮੁੰਦਰੀ ਜਹਾਜ਼ਾਂ ਰਾਹੀਂ ਵੀ ਤਾਂ ਸਰਕਾਰ ਦੇ ਧਿਆਨ 'ਚ ਲਿਆਵਾਂਗੇ ਜੋ ਵੀ ਸੰਭਵ ਹੋ ਸਕਦਾ ਕਿਉਂਕਿ ਬਹੁਤ ਸਾਰੇ ਕੁਝ ਕਾਨੂੰਨ ਨੇ ਅੰਤਰਰਾਸ਼ਟਰੀ ਜਾਂ ਰਾਸ਼ਟਰੀ ਲੈਵਲ ਦੇ ਜਿਹੜੇ ਕਾਨੂੰਨ ਨੇ ਕਿਤੇ ਜੇ ਉਹਨਾਂ ਦੀ ਉਲੰਘਣਾ ਕਰਦੇ ਆ ਤਾਂ ਉਹ ਤੇ ਰੋਕ ਲਾਵਾਂਗੇ ਦੁੱਧ ਦੇ ਰੇਟ ਵੀ ਵਧਾਏ ਜਾ ਸਕਦੇ ਆ ਉਹ ਵੀ ਵੇਖਿਆ ਜਾਊਗਾ ਕਿ ਜਿਹੜੇ ਬੰਦੇ ਦੁੱਧ ਪੀਂਦੇ ਆ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਮੰਗ ਕੇ ਹੋਰ ਬਹੁਤ ਜਲਦ ਪਰ ਉਹਨ ਸੰਗਮਾਨ ਹੋਣਾਂ ਦੇ ਨਾਤੇ ਇਹਨਾਂ ਨੇ ਮੰਗ ਪੱਤਰ ਦਿੱਤਾ ਮੈਂ ਜਾ ਕੇ ਉਹਨਾਂ ਨੂੰ ਮਿਲੂੰਗਾ ਔਰ ਉਹਨਾਂ ਨੂੰ ਦੱਸੂੰਗਾ ਕਿ ਪੰਜਾਬ ਦੇ ਹਾਲਾਤ ਆ ਹੈ ਹੁਣ ਰੁੱਕ ਕਰਾਂਗੇ